ਅਮਰਜੋਤ ਅਮਰਜੋਤ ਦਾ ਚਮਕੀਲੇ ਜੀ ਨਾਲ ਪਹਿਲਾ ਗੀਤ ਸੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਦੀ ਮੇਰੀ ਪੁੱਤ ਨੂੰ ਕਸਕਦੀ ਨਾ ਬੇਬੇ ਤਾਂ ਓਲਾ ਰੱਖਦੀ ਨਾ ਮੈਨੂੰ ਕਹਿੰਦੇ ਕੁੜੀ ਨੇ ਆਣੀ ਆ ਮਾ ਪਿਆਲੀ ਮੈਗੀ ਮੇਰੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਦੀ ਮੇਰੀ ਨੀ ਨਾਲ ਟਕੂਏ ਤੇ ਟਕੂਆ ਖੜਕੇ ਤੇ ਬਾਪੂ ਸਾਡਾ ਗੁੰਮ ਹੋ ਗਿਆ ਦੋ ਤਿੰਨ ਗੀਤ ਲਾ ਕੇ ਚਮਕੀਲਾ ਚਮਕੀਲਾ ਤਾਂ ਹੋ ਗਈ ਸੀ ਅਮਰਜੋਤ ਦੀ ਗੱਲ ਜੇਸੀ ਕਰੀਏ ਤਾਂ ਚਮਕੀਲੇ ਤੋਂ ਬਿਨਾ ਅਮਰਜੋਤ ਦੀ ਗੱਲ ਪੂਰੀ ਨਹੀਂ ਹੁੰਦੀ ਜਿਹੜੀ ਦੋ ਗਾਣਾ ਗਾਇਕੀ ਦੇ ਨਿਆਰ ਚਮਕੀਲਾ ਜੋੜੀ ਨੇ ਗੱਡੇ ਦੇ ਉਹ ਟੋਟਲੀ ਵਾਕਿਆ ਨਾਲੋਂ ਡਿਫਰੈਂਟ ਨੇ ਕਿੰਨਾ ਜੋੜੀ ਦੇ ਗੀਤਾਂ ਨੂੰ ਲੱਚਰ ਕਹਿੰਦੇ ਆ ਤਾਂ ਉਹ ਤੋਂ ਪਹਿਲਾਂ ਵੀ ਗਾਏ ਗਏ ਬਾਅਦ ਚ ਵੀ ਗਾਏ ਗਏ ਹੁਣ ਤਾਂ ਕੋਈ ਟਿਕਾਣਾ ਹੀ ਨਹੀਂ ਹੈ ਖੈਰ ਇਸ ਚੀਜ਼ ਦਾ ਭਾਰ ਸੀ ਇਸ ਚੀਜ਼ ਦੀ ਲੱਗਦੀ ਸੀ ਗੱਲ ਵੀ ਜੇਖ ਤੇ ਅਮਰਜੋਤ ਦਾ ਸੈਟ ਇਹਦੇ ਨਾਲ ਬਣ ਜਾਵੇ ਚਮਕੀਲੇ ਨਾਲ ਤਾਂ ਬਹੁਤ ਅੱਛਾ ਹੈ ਜੋ ਵਕੀਲਾ ਵੀ ਆਪਣੇ ਤੌਰ ਤੇ ਇੱਕ ਗੀਤਕਾਰ ਦੇ ਤੌਰ ਤੇ ਉਹਦਾ ਮੈਂ ਡਿਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ ਸਿੰਦਾ ਜੀ ਅੱਜ ਵੀ ਗਾਉਂਦੇ ਆ ਅਮਰ ਜੋਤ ਵੀ ਇਹ ਚਾਹਦੀ ਸੀ ਵੀ ਮੈਂ ਹਰੇਕ ਨਾਲ ਸੈਟ ਨਹੀਂ ਬਣਾਉਣਾ ਹੁਣ ਵੀ ਜਿੱਥੇ ਬਣ ਗਿਆ ਠੀਕ ਹੈ ਰਿਟਾਇਰ ਪ੍ਰਿੰਸੀਪਲ ਸਰਬਜੀਤ ਸਿੰਘ ਸਿਰਲੇਖ ਚੈਨ ਰਾਹੀਂ ਅੱਜ ਤੁਹਾਡੇ ਨਾਲ ਗੱਲਾਂ ਕਰਾਂਗਾ ਕਿ ਅਮਰਜੋਤ ਦੀ ਗਾਇਕੀ ਬਾਕੀ ਇਸਤਰੀ ਗਾਇਕਾਂ ਨਾਲੋਂ ਕਿਵੇਂ ਭਿੰਨ ਹੈ ਤੋਂ ਜੇ ਦੇਖਿਆ ਜਾਵੇ ਉਸ ਟਾਈਮ ਦੇ ਵਿੱਚ ਜਿਹੜੇ ਦੋ ਗਾਣਾ ਗਾਇਕੀ ਦੇ ਮਿਆਰ ਦੋ ਗਾਣਾ ਗਾਇਕੀ ਦੀਆਂ ਗੱਲਾਂ ਇੰਨੀਆਂ ਪ੍ਰਚਲਿਤ ਸੀ ਐਨਾ ਇੱਕ ਕੰਪੀਟੀਸ਼ਨ ਸੀ ਹਰ ਇੱਕ ਅੱਗੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਅਮਰਜੋਤ ਦੀ ਗੱਲ ਜੇ ਅਸੀਂ ਕਰੀਏ ਤਾਂ ਚਮਕੀਲੇ ਤੋਂ ਬਿਨਾ ਅਮਰਜੋਤ ਦੀ ਗੱਲ ਪੂਰੀ ਨਹੀਂ ਹੁੰਦੀ ਜਦੋਂ ਕਿ ਅਮਰਜੋਤ ਜੀ ਨੇ ਪਿਆਰਾ ਸਿੰਘ ਪੰਛੀ ਜੀ ਨਾਲ ਗਾਣਾ ਸ਼ੁਰੂ ਕੀਤਾ ਸੀ ਔਰ ਇੱਕ ਦੋ ਗੀਤ ਉਹਨਾਂ ਦੇ ਰਿਕਾਰਡ ਹੋਏ ਔਰ ਉਸ ਤੋਂ ਬਾਅਦ ਕੁਲਦੀਪ ਮਾਨਕ ਜੀ ਨਾਲ ਕਈ ਗੀਤ ਰਿਕਾਰਡ ਹੋ ਜਾਂਦੇ ਕਈ ਪੰਜ ਛੇ ਗੀਤ ਸੀ ਰਿਕਾਰਡ ਹੋਏ ਔਰ ਸੁਣਨ ਵਿੱਚ ਇਹ ਆਇਆ ਹੈ ਕਿ ਗੁਲਦੀਪ ਮਾਨਕ ਜੀ ਅਮਰਜੋਤ ਨੂੰ ਨਾਲ ਲੈ ਕੇ ਇੱਕ ਇਸਤਰੀ ਗਾਇਕ ਦੇ ਤੌਰ ਤੇ ਲਿਜਾंदे ਸੀ ਕਿਉਂਕਿ ਸ਼ਾਇਦ ਨਾ ਸਾਡੇ ਪੰਜਾਬੀਆਂ ਦੀ ਇਹ ਖਾਸੀਅਤ ਹੈ ਵੀ ਅਸੀਂ ਜਿਹੜੀ ਜਦ ਤੱਕ ਇਸਤਰੀ ਗਾਇਕ ਨਾ ਹੋਵੇ ਅਸੀਂ ਸ਼ਾਇਦ ਸੈਟੀਸਫਾਈਡ ਨਹੀਂ ਹੁੰਦੇ ਉਹ ਸਮਾਂ ਅਸਰ ਸੀ ਹਾਲਾਂਕਿ ਉਸ ਟਾਈਮ ਦੇ ਵਿੱਚ ਉਸ ਟਾਈਮ ਤੋਂ ਥੋੜੇ ਜਿਹਾ ਪਹਿਲਾਂ ਦੇ ਅਸੀਂ ਸਮੇਂ ਦੀ ਗੱਲ ਕਰੀਏ ਜੇ ਤਾਂ ਇਸਤਰੀ ਗਾਇਕਾ ਨੂੰ ਮਤਲਬ ਪਸੰਦ ਹੀ ਨਹੀਂ ਸੀ ਕਰਦੇ ਲੋਕ ਆਮ ਤੌਰ ਤੇ ਕਹਿੰਦੇ ਸੀ ਕਿ ਵੀ ਇਹਨਾਂ ਨੂੰ ਘਰ ਦੀ ਚਾਰ ਦਿਵਾਰੀ ਤੱਕ ਰਹਿਣਾ ਚਾਹੀਦਾ ਜਾਂ ਵਦ ਵਦ ਗੁਰਬਾਣੀ ਦੇ ਸ਼ਬਦ ਜਾਂ ਛੋਟੇ-ਮੋਟੇ ਗੀਤ ਗਾਣੇ ਚਾਹੀਦੇ ਆ ਤੇ ਪਬਲਿਕ ਦੇ ਵਿੱਚ ਮਰਦ ਗਾਇਕ ਨਾਲ ਗਾਉਣਾ ਇਹ ਪ੍ਰਚਲਿਤ ਤਾਂ ਹੋ ਗਿਆ ਸੀ ਭਾਵੇਂ ਜਮਲਾ ਜੀ ਤੋਂ ਉਹਨਾਂ ਨੇ ਵੀ ਸਿੰਗਰ ਰੱਖੇ ਔਰ ਚਾਂਦੀराम ਜੀ ਨੇ ਇਹਨੂੰ ਖਾਸਾ ਮਗਾਇਆ اچھا ਉਸ ਤੋਂ ਬਾਅਦ ਹਰਚਰਨ ਕਰੇਵਾਲ ਜੀ ਨੇ ਇਹਨੂੰ ਪੂਰਾ ਗਰਮ ਕਰਕੇ ਅੱਗੇ ਤੋਂ ਅੱਗੇ ਤੋਂ ਅੱਗੇ ਇਸ ਸਫਰ ਦੇ ਵਿੱਚ ਅਸੀਂ ਸਮਝਦੇ ਹਾਂ ਦੇਖਦੇ ਹਾਂ ਜਿਹੜੇ ਖਾਸ ਕਰਕੇ ਦੋਗਾਣਾ ਗਾਇਕੀ ਨੂੰ ਮਤਲਬ ਉਹ ਸਮਝਦੇ ਆਂ ਅੰਡਰਸਟੈਂਡ ਕਰਦੇ ਆਂ ਬਈ ਜਿਹੜੀ ਦੋ ਗਾਣਾ ਗਾਇਕੀ ਦੇ ਮਿਆਰ ਚਮਕੀਲਾ ਜੋੜੀ ਨੇ ਗੱਡੇ ਨੇ ਉਹ ਟੋਟਲੀ ਵਾਕਿਆ ਨਾਲੋਂ ਡਿਫਰੈਂਟ ਨੇ ਲੱਚਰ ਜਿਹੜਾ ਸਾਡੀ ਭਾਸ਼ਾ ਦੇ ਵਿੱਚ ਲੱਚਰ ਸ਼ਬਦ ਆਉਂਦਾ ਹੈ ਜੇ ਚਮਕੀਲੇ ਦੇ ਗੀਤਾਂ ਨੂੰ ਲੱਚਮਕੀਲਾ ਜੋੜੀ ਦੇ ਗੀਤਾਂ ਨੂੰ ਲੱਚਰ ਕਹਿੰਦੇ ਆਂ ਤਾਂ ਉਹ ਤੋਂ ਪਹਿਲਾਂ ਵੀ ਗਾਏ ਗਏ ਬਾਅਦ ਚ ਵੀ ਗਾਏ ਗਏ ਹੁਣ ਤਾਂ ਕੋਈ ਟਿਕਾਣਾ ਹੀ ਨਹੀਂ ਹੈ ਖੈਰ ਪਰੰਤੂ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੈ ਕਿ ਅਮਰਜੋਤ ਜੀ ਨੇ ਜਦੋਂ ਪਿਆਰਾ ਸਿੰਘ ਪੰਛੀ ਨਾਲ ਕੁਲਦੀਪ ਵਾਣਕ ਨਾਲ ਗਾਉਣ ਤੋਂ ਬਾਅਦ ਉਹਨੂੰ ਸ਼ਾਇਦ ਇਹ ਲੱਗਿਆ ਵੀ ਮੈਂ ਕਿਸੇ ਐਸੇ ਬੰਦੇ ਨਾਲ ਗਾਵਾਂ ਜਿਹਦੇ ਨਾਲ ਮੈਂ ਪੱਕੇ ਤੌਰ ਤੇ ਮਤਲਬ ਜੋੜੀ ਮੇਰੀ ਬਣੀ ਰਹੇ ਇਹਦੇ ਵਿੱਚ ਜੋ ਹੁਣ ਅਸੀਂ ਅਮਰਜੋਤ ਦੀ ਹਿਸਟਰੀ ਜਾਂ ਗਾਇਕੀ ਦੀ ਹਿਸਟਰੀ ਪੜ੍ਹਦੇ ਆਂ ਤਾਂ ਕਿਤਾਬਾਂ ਚੋਂ ਲਿਖਣ ਨੂੰ ਮਿਲਦਾ ਹੈ ਅਸੀਂ ਖੈਰ ਉਸ ਟਾਈਮ ਬਹੁਤਾ ਧਿਆਨ ਨਹੀਂ ਦਿੱਤਾ ਹੁਣ ਅਸੀਂ ਸਟੱਡੀ ਕੀਤੀ ਆ YouTube ਤੋਂ ਜਾਂ ਬਹੁਤ ਸਾਰੀਆਂ ਕਿਤਾਬਾਂ ਨੇ ਐਸੀਆਂ ਜਿਨ੍ਹਾਂ ਦੇ ਵਿੱਚ ਅਮਰਜੋਤ ਦੀ ਭੈਣ ਜਿਹੜੀ ਹੈ ਜਸਵੰਤ ਕੌਰ ਉਹ ਸਾਰਾ ਕੁਝ ਦੱਸਦੀ ਹੈ ਉਦਦੇ ਮੁਤਾਬਕ ਇਹ ਹੈ ਕਿ ਅਮਰਜੋਤ ਦਾ ਪੱਕਾ ਸੈੱਟ ਬਣਾਉਣ ਲਈ ਮਰਦ ਗਾਇਕ ਨਾਲ ਉਹਨਾਂ ਦਾ ਜਿਹੜਾ ਅਮਰਜੋਤ ਦਾ ਪਿਓ ਹੈ ਪਿਤਾ ਜੀ ਹਨ ਉਹ ਲੁਧਿਆਣੇ ਆਏ ਅਰੁਣਾ ਨੇ 2-3 ਸਿੰਗਰਾਂ ਨਾਲ ਕੋਸ਼ਿਸ਼ ਕੀਤੀ ਕਿ ਅਮਰਜੋਤ ਦਾ ਸੈੱਟ ਬਣਾਇਆ ਜਾਵੇ ਅਮਰਜੋਤ ਦੀ ਉਸ ਟਾਈਮ ਉਮਰ 20 ਸਾਲ ਤੋਂ ਥੱਲੇ ਹੈਕਰ ਤਦ ਸਮੇਂ ਬਾਅਸੋ ਹੋ ਪੜਨ ਤੋਂ ਬਾਅਦ ਅੱਗੇ ਪੜ੍ਹੇ ਨਹੀਂ ਕਿਉਂਕਿ ਘਰ ਦੇ ਵਿੱਚ ਸੰਗੀਤ ਸੰਗੀਤ ਦਾ ਪ੍ਰੋਗਰਾਮ ਸੀ ਗਾਉਣ ਵੱਲ ਜ਼ਿਆਦਾ ਧਿਆਨ ਹੋ ਗਿਆ ਅੱਗੇ ਪੜ੍ਹੇ ਨਹੀਂ ਕਰ ਉਹ ਹੁਣ ਜਦੋਂ ਉਹਨਾਂ ਦੀ ਗਾਇਕੀ ਦਾ ਸੈੱਟ ਬਣਾਉਣ ਲਈ ਉਹਦੇ ਪਿਤਾ ਜੀ ਇੱਕ ਮਰਦ ਗਾਇਕ ਨੂੰ ਲੱਭਦੇ ਆਂ ਦੇਖਦੇ ਆਂ ਉਹ ਬਾਚਦੇ ਆਂ ਕਿਉਂਕਿ ਆਪ ਉਹ 뮤직 ਦੇ ਗਿਆਤਾ ਸੀ ਤਾਂ ਉਸ ਹਾਲਤ ਦੇ ਵਿੱਚ ਉਹ ਇਕ ਦੋ ਸਿੰਗਰਾਂ ਨਾਲ ਗੱਲ ਕਰਦੇ ਆ ਜਿਹਦੇ ਵਿੱਚੋਂ ਵਾਇਆ ਮੀਡੀਆ ਲੱਭਣ ਤੋਂ ਬਾਅਦ ਕੇਸਰ ਸਿੰਘ ਟਿੱਕੀ ਜਿਹੜਾ ਕਈ ਹਰਜਨ ਗਰਿਵਾਰ ਨਾਲ ਵੀ ਸਾਜੀ ਰਿਹਾ ਹੋਰ ਕਈ ਸਿੰਗਰ ਨਾਲ ਸਾਜੀ ਰਿਹਾ ਤਾਂ ਜਣੀ ਕੇਸਰ ਸਿੰਘ ਟਿੱਕੀ ਨੂੰ ਔਰ ਚਮਕੀਲੇ ਨੂੰ ਇਸ ਚੀਜ਼ ਦਾ ਭਿਆਸ ਸੀ ਇਸ ਚੀਜ਼ ਦੀ ਲੱਗਦੀ ਸੀ ਗੱਲ ਵੀ ਜੇ ਕਿਤੇ ਅਮਰਜੋਤ ਦਾ ਸੈਟ ਇਹਦੇ ਨਾਲ ਬਣ ਜਾਵੇ ਚਮਕੀਲੇ ਨਾਲ ਤਾਂ ਬਹੁਤ ਅੱਛਾ ਹੈ ਕਿਉਂਕਿ ਚਮਕੀਲਾ ਵੀ ਆਪਣੇ ਤੌਰ ਤੇ ਇੱਕ ਗੀਤਕਾਰ ਦੇ ਤੌਰ ਤੇ ਉਹਦਾ ਮੈਂ ਡਿਗੀ ਤਿਲਕ ਕੇ ਛੜੇ ਜੇਠ ਨੇ ਚੁੱਕੀ ਸਿੰਦਾ ਜੀ ਅੱਜ ਵੀ ਗਾਉਂਦੇ ਆਂ ਔਰ ਸਿੰਦਾ ਜੀ ਉਹਦੇ ਗੁਰੂ ਵੀ ਸੀ ਔਰ ਜਿਐਸੀ ਦੇਖੀਏ ਤਾ ਗੁਰੂ ਜਦੋਂ ਉਸਤਾਦ ਜਦੋਂ ਇੱਕ ਸ਼ਗਿਰਦ ਦਾ ਗੀਤ ਲਿਖਿਆ ਹੋਇਆ ਗਾਉਂਦਾ ਔਰ ਅੱਜ ਵੀ ਤੁਸੀਂ YouTube ਤੇ ਦੇਖੋ ਸਿੰਦਾ ਜੀ ਚਮਕੀਲੇ ਦਾ ਨਾਂ ਉਸੇ ਤਰ੍ਹਾਂ ਬੋਲਦੇ ਆਂ ਔਰ ਇੱਕ ਗੀਤ ਹੋਰ ਅ ਅ ਤ੍ਰਿੰਦਰ ਸੋਨੀਆ ਨੇ ਵੀ ਗਾਇਆ ਸੀ ਸ਼ਾਇਦ ਉਹ ਰੰਗੀਲੇ ਜੱਟ ਜੀ ਨਾਲ ਮੇਰੇ ਪੱਕਾ ਯਾਦ ਨਹੀਂ ਹੈ ਨਿਪੁੱਛ ਖਾਨਣਾ ਨੇ ਆਪਣੇ ਪਰਾਂ ਨੂੰ ਰਾਤ ਦਾ ਮਿਰਨਾ ਬੋਲਦਾ ਕਿ ਐਸਾ ਇੱਕ ਸ਼ਬਦ ਦਾ ਗੀਤ ਹੈ। ਤੋਂ ਇਹ ਕਹਿੰਦੇ ਮਤਲਬ ਹੈ ਵੀ ਅਮਰ ਸਿੰਘ ਚਮਕੀਲਾ ਇੱਕ ਲਿਖਾਰੀ ਦੇ ਤੌਰ ਤੇ ਇੱਕ ਗੀਤਕਾਰ ਦੇ ਤੌਰ ਤੇ ਸਟੈਬਲਿਸ਼ ਹੋ ਚੁੱਕਿਆ ਸੀ। ਕੰਮ ਚਾਹੇ ਉਹ ਬਹੁਤ ਮਤਲਬ ਕੀ ਹੈ ਰੱਬ ਦੀ ਰੋਟੀ ਰੋਜੀ ਲਈ ਫਲੈਟ ਦਾ ਕਹਿੰਦੇ ਕੰਮ ਕਰਦਾ ਸੀ ਉਹ। ਜਦ ਉਹਦੇ ਦੋ ਗੀਤ ਸਿੰਦਾ ਜੀ ਨੇ ਉਹਨਾਂ ਦਾ ਗੀਤ ਗਾਤਾ ਨਾ ਫਿਰ ਉਹ ਸਿੰਦਾ ਜੀ ਨੂੰ ਸਮਰਪਿਤ ਹੋ ਗਿਆ ਗੁਰੂ ਵੀ ਧਾਰ ਲਿਆ ਸੀ ਘਰ ਉਹਨਾਂ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਿੰਦਾ ਜੀ ਦੇ ਨਾਲ ਹੀ ਹਾਰਮੋਨੀਓ ਵੀ ਵਜਾਉਣਾ ਇੱਕ ਫਿਲਰ ਦਾ ਕੰਮ ਵੀ ਕਰਨਾ ਔਰ ਮਤਲਬ ਕੀ ਹੈ ਮੈਨੂੰ ਲੱਗਦਾ ਵੀ ਖਾਸਾ ਮਤਲਬ ਕੀ ਹੈ ਉਹਨਾਂ ਨੂੰ ਸਾਥ ਦੇਣ ਲੱਗ ਗਿਆ ਸੀ ਚਮਕੀਲਾ ਜੀ ਸਿੰਦਾ ਜੀ ਨੂੰ ਤਾਂ ਹੁਣ ਗੱਲ ਅਸਲ ਚ ਆਂਦੀ ਹੈ ਵੀ ਜਦੋਂ ਆ ਇਦੇ ਨਾਲ ਸੈੱਟ ਬਣਦਾ ਹੈ ਅਮਰਜੋਤ ਨਾਲ ਤਾਂ ਉਸ ਤੋਂ ਬਾਅਦ ਇਹਨਾਂ ਦਾ ਜਿਹੜੀ ਗੱਡੀ ਆ ਉਹ ਠੀਕ ਰੁੜਦੀ ਹੈ ਹਾਲਾਂਕਿ ਜਿਹੜਾ ਸੁਰਿੰਦਰ ਸੋਨੀਆਂ ਨਾਲ ਉਹਨਾਂ ਦੇ ਅੱਠ ਗੀਤ ਆਏ ਹੋਏ ਨੇ ਵੈਸੇ ਪੜਥੂ ਉਹਦਾ ਪਾਈ ਦਿੱਤਾ ਸੀ ਆ ਸਾਡੇ ਇਸ ਗਾਇਕੀ ਸਮਾਜ ਦੇ ਵਿੱਚ ਕੈਸਟਸ ਦੇ ਔਰ ਗੀਤਾਂ ਦੇ ਜਿਹੜੇ ਡੀਲਰ ਨੇ ਉਸ ਟਾਈਮ ਇਹ ਕਹਿੰਦੇ ਹੁੰਦੇ ਸੀ ਵੀ ਚਮਕੀਲੇ ਦਾ ਗੀਤ ਮਿਲ ਜੇ 4 ਪੈਸੇ ਬਣਾਏ ਜਾਣ ਹੁਣ ਦੇਖਣ ਵਾਲੀ ਗੱਲ ਇਹ ਹੈ ਅਸੀਂ ਗੱਲ ਕਰ ਰਹੇ ਹਾਂ ਅੱਜ ਅਮਰਜੋਤ ਦੀ ਗਾਇਕੀ ਦੀ ਹੁਣ ਜੇ ਦਿਖਿਆ ਜਾਵੇ ਤਾਂ ਅਮਰਜੋਤ ਤੋਂ ਪਹਿਲਾਂ ਚਮਕੀਲਾ ਆਪਣੇ ਆਪ ਨੂੰ ਗੀਤਕਾਰੀ ਚ ਵੀ ਐਸਟੈਬਲਿਸ਼ ਕਰ ਚੁੱਕਿਆ ਸੀ ਔਰ ਸੋਨੀਆ ਨਾਲ ਟਕੂਏ ਤੇ ਟਕੂਆ ਖੜਕੇ ਤੇ ਬਾਪੂ ਸਾਡਾ ਗੁੰਮ ਹੋ ਗਿਆ ਦੋ ਤਿੰਨ ਗੀਤ ਲਾ ਕੇ ਚਮਕੀਲਾ ਚਮਕੀਲਾ ਤਾਂ ਹੋ ਗਈ ਸੀ ਪਰੰਤੂ ਜਦੋਂ ਸੁਨਿੰਦਰ ਸੋਨੀਆਂ ਜਿੱਦਾਂ ਜਦ ਖਾੜਾ ਲੱਗਣਾ ਸੀ ਫੈਡ ਰਾਜਸਥਾਨ ਚ ਤਾਂ ਉਸ ਟਾਈਮ ਦੇ ਵਿੱਚ ਚਮਕੀਲੇ ਨੇ আর ਟਿੱਕੀ ਨੇ ਕਿਹਾ ਵੀ ਸਾਨੂੰ ਜੇ ਤਾਂ ਤੁਸੀਂ ਪੇਮੈਂਟ ਡਬਲ ਦੇਵੋਗੇ ਫਿਰ ਤਾਂ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਨਹੀਂ ਅਸੀਂ ਨਹੀਂ ਜਾਣਾ ਹੈ ਪੇਮੈਂਟ ਡਬਲ ਉਹਨਾਂ ਦਾ ਕੋਈ ਮੈਨੇਜਰ ਨਹੀਂ ਦੇ ਸਕਿਆ ਫਿਰ ਇਹਨਾਂ ਨੂੰ ਗੁੱਸਾ ਆਇਆ ਤਾਂ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਉਹ ਮਤਲਬ ਅਲੱਗ ਸੈੱਟ ਬਣਾਵਾਂਗੇ ਅਸੀਂ ਨਹੀਂ ਜਾਣਾ ਹੈ ਉਹ ਗਏ ਨਹੀਂ ਜੀ ਵਿੱਚ ਦੀ ਇੱਕ ਡਿਵੈਲਪਮੈਂਟ ਹੋਰ ਹੋਈ ਹੈ ਕਿ ਉਹਨਾਂ ਦੇ ਉਸਤਾਦ ਚਮਕੀਲਾ ਜੀ ਦੇ ਉਸਤਾਦ ਸੁਰਿੰਦਰ ਸਿੰਦਾ ਜੀ ਦਾ ਬਾਹਰ ਦਾ ਟੂਰ ਬਣ ਗਿਆ ਸੀ ਟੂਰ ਚਾਹੇ ਕਿਸੇ ਨਾਲ ਬਣਿਆ ਹੋਵੇ ਪਰ ਉਹ ਗੁਲਸ਼ਨ ਕੋਮਲ ਜੀ ਨੂੰ ਨਾਲ ਲੈ ਕੇ ਗਏ ਤੇ ਉਹਨਾਂ ਨਾਲ ਟੂਰ ਲਾਉਣ ਚਲੇ ਗਏ ਰਾਜਸਥਾਨ ਦਾ ਅਗਾੜਾ ਲਾਉਣ ਤੋਂ ਬਾਅਦ ਸੁਨਿੰਦਰ ਸੋਨੀਆ ਫਿਰ ਜਦੋਂ ਲੁਧਿਆਣੇ ਆਏ ਫਿਰ ਉਹ ਆਪਣੇ ਆਪ ਨੂੰ ਖਾਲੀ ਮਹਿਸੂਸ ਕਰਦੇ ਆ ਉਹਨਾਂ ਨੂੰ ਮਹਿਸੂਸ ਵੀ ਹੋਇਆ ਵੀ ਸ਼ਿੰਦਾ ਜੀ ਮੇਰੇ ਤੋਂ ਬਿਨਾ ਚਲੇ ਗਏ ਫਿਰ ਉਸ ਟਾਈਮ ਤੇ ਟਿੱਕੀ ਨੇ ਫਿਰ ਜਮਕੀਲ ਦੇ ਦੀ ਸਫਾਰਸ਼ ਕੀਤੀ ਸੁਨਿੰਦਰ ਸੋਨੀਆ ਕੋਲੇ ਉਦੋਂ ਸੁਨਿੰਦਰ ਸੋਨੀਆ ਵੀ ਵਿਹਲੀ ਹੋ ਗਏ ਸੀ ਉਹਨਾਂ ਨੂੰ ਵੀ ਲੋੜ ਸੀ ਇਦਰ ਚਮਕੀਲਾ ਵੀ ਮਤਲਬੂਕੀ ਹੈ ਚਲੋ ਫਿਰ ਦੁਬਾਰੇ ਗਾਉਣ ਦੇ ਵਿੱਚ ਮਤਲਬ ਸ਼ੁਰੂ ਹੋ ਗਏ ਸੀ ਤਾਂ सुरेंद्र ਸੋਨੀਆਂ ਦੇ ਨਾਲ ਜਦੋਂ ਰਿਕਾਰਡ ਕਰਨ ਲਈ ਦਿੱਲੀ ਚਲੇ ਗਿਆ ਹੁਰਜਾ ਜੀ ਕੋਲ ਤਾਂ ਉਸ ਟਾਈਮ ਹੁਰਜਾ ਜੀ ਨੇ ਮਨ ਕਰਤਾ ਕਿ ਅਸੀਂ ਨਵੇਂ ਮੁੰਡੇ ਤੋਂ ਨਹੀਂ ਗਾਉਣਾ ਫਿਰ ਟਿੱਕੀ ਨੇ ਸਿਫਾਰਿਸ਼ ਕੀਤੀ ਵੀ ਇਹਦੇ ਲਿਖੇ ਹੋਏ ਗੀਤ ਯਾਰ ਮੈਂ ਡਿੱਗੀ ਦਰਕ ਕੇ ਸਿੰਦਰ ਸਿੰਦਾ ਜੀ ਦਾ ਤੁਸੀਂ ਰਿਕਾਰਡ ਕੀਤਾ ਉਹ ਕਹਿੰਦੇ ਇਹਨੇ ਲਿਖਿਆ ਕਹਿੰਦੇ ਹਾਂ ਚਲੋ ਫਿਰ ਦੇਖੋ ਤਾਂ ਉਹਨਾਂ ਨੇ ਸਿੰਦਰ ਸੋਨੀਆਂ ਨਾਲ ਫਿਰ ਉਹ ਚਾਰ ਅੱਠ ਗੀਤ ਜਿਹੜੇ ਕੰਡੇ ਤੇ ਉਹਦੇ ਨਾਲ ਚਮਕੀਲਾ ਦੀ ਤੇ ਸੋਨੀਆਂ ਦੀ ਧੰਨ ਧੰਨ ਹੋ ਗਈ ਚਲੋ ਚੱਲਦਾ ਗਿਆ ਕੰਮ ਜਦੋਂ ਇਹ ਅੱਠ ਗੀਤ ਆਉਣ ਤੋਂ ਬਾਅਦ ਇਹ ਇਹ ਖੈਰ ਥੋੜੇ ਜਿਹੇ ਦਿਨਾਂ ਦੀ ਡਿਵੈਲਪਮੈਂਟ ਹੋ ਗਈ ਦੋ ਤਿੰਨ ਦਿਨ ਮਤਲਬ ਮਹੀਨੇ ਦੇ ਵਿੱਚ ਵਿੱਚ ਉਹ ਫਿਰ ਅਸੀਂ ਦੁਬਾਰੇ ਫਿਰ ਆਨੇ ਆ ਉਸ ਗੱਲ ਤੇ ਵੀ ਅਮਰਜੋਤ ਦਾ ਟੈਕਟ ਸੈੱਟ ਜਿਹੜਾ ਉਹ ਕੁਲਦੀਪ ਮਾਨਖ ਜੀ ਨਾਲ ਟੁੱਟ ਗਿਆ ਸੀ ਤੇ ਫਿਰ ਉਹਦੇ ਫਾਦਰ ਜਿਹੜੇ ਆ ਉਹਨੂੰ ਲੱਭਦੇ ਫਿਰਦੇ ਸੀ ਕਿ ਕਿਸ ਬੰਦੇ ਨਾਲ ਇਹਦਾ ਸੈੱਟ ਕੀਤਾ ਜਾਵੇ ਤਾਂ ਕਿਸੇ ਤਰੀਕੇ ਮੇਲ ਹੋਇਆ ਅਮਰਜੋਤ ਜੀ ਦੇ ਪਿਤਾ ਜੀ ਨਾਲ ਤਾਂ ਸਾਰੀਆਂ ਗੱਲਾਂ ਸੈਟਲ ਹੋਣ ਤੋਂ ਬਾਅਦ ਹੋ ਗਿਆ ਅਮਰਜੋਤ ਅਮਰਜੋਤ ਦਾ ਚਮਕੀਲੇ ਜੀ ਨਾਲ ਪਹਿਲਾਂ ਗੇਸ ਸੀ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ ਜਿਹੜਾ ਅੱਠ ਪਿਛਲੇ ਗੀਤ ਸੁਰਿੰਦਰ ਸੋਨੀਆ ਨਾਲ ਸੀ ਇਹ ਨੌਵੇਂ ਗੀਤ ਨੇ ਚਮਕੀਲਾ ਚਮਕੀਲਾ ਫਿਰ ਦੁਬਾਰੇ ਕਰਤੀ ਉਸ ਵੇਲੇ ਤਾਂ ਇਹ ਹੋ ਗਿਆ ਸੀ ਵੀ ਕਈ ਕਲਾਕਾਰਾਂ ਨੂੰ ਵੀ ਇਹ ਇਹ ਕਿੱਧਰੋਂ ਜੋੜੀ ਆ ਗਈ ਕਿੱਧਰੋਂ ਕੀ ਹੋ ਗਿਆ ਔਰ ਕੁਲਦੀਪ ਮਾਨਕ ਜੀ ਨੇ ਉਸ ਟਾਈਮ ਕਹਿਤਾ ਸੀ ਵੀ ਹੁਣ ਚਮਕੀਲਾ ਸੱਤੋਂ ਅੱਗੇ ਨਿਕਲ ਗਿਆ ਹੁਣ ਸਾਨੂੰ ਡਾਹ ਨਹੀਂ ਦਿੰਦਾ ਏ ਥੋ ਅਸੀਂ ਮੁੜ ਕੇ ਫੇਰ ਉਸ ਗੱਲ ਤੇ ਆਨੇ ਆ ਕਿ ਅਮਰਜੋਤ ਦੀ ਗਾਇਕੀ ਜਿਹੜੀ ਹੈ ਹੁਣ ਦੇਖਿਆ ਜਾਵੇ ਜੇ ਜਿਹੜੇ ਕਈ ਗੀਤ ਹੈ ਉਹ ਅਮਰਜੋਤ ਨੇ ਫਿਰ ਸੁਰੇਂਦਰ ਸੋਨੀਆ ਨਾਲ ਜਿਹੜੇ ਚਮਕੀਲਾ ਜਿਹਾ ਗਏ ਆਪ ਵੀ ਗਾਏ ਨੇ ਉਹ ਪਰ ਉਹਨਾਂ ਚ ਕੋਈ ਕਮੀ ਨਹੀਂ ਆਉਣ ਦਿੱਤੀ ਸੁਰੇਂਦਰ ਸੋਨੀਆ ਵਾਲੇ ਗੀਤਾਂ ਨਾਲ ਥੋੜਾ ਜਿਹਾ ਪੱਗ ਅੱਗੇ ਹੀ ਗਿਆ ਉਹਦਾ ਸਭ ਤੋਂ ਵੱਡਾ ਕਾਰਨ ਹੈ ਜੀ ਅਮਰਜੋਤ ਇੱਕ ਤਾਂ ਜਿਹੜਾ ਸ਼ਬਦਾਂ ਦਾ ਉਹਦਾ ਉਚਾਰਨ ਹੈ ਉਹ ਤੋਤੇ ਵਾਂਗੂ ਟੁੱਕ ਕੇ ਸ਼ਬਦ ਮਤਲਬ ਬੋਲਦੀ ਹੈ ਅਸੀਂ ਇਹ ਦੇਖਦੇ ਹਾਂ ਕਿ ਬਾਕੀ ਸਿੰਗਰ ਲੇਡੀ ਸਿੰਗਰ ਵੀ ਨੇ ਦੁਜੇ ਵੀ ਨੇ ਜਿਹੜੇ ਜਿਹੜੀ ਸਫਾਈ ਉਚਾਰਣ ਦੇ ਵਿੱਚ ਅਮਰਜੋਤ ਦੀ ਹੈ ਇਹ ਕੁਦਰਤ ਵੱਲੋਂ ਦਾਤ ਹੁੰਦੀ ਹੈ ਕਿਸੇ ਦੇ ਪ੍ਰੈਕਟਿਸ ਕਰਿਆ ਨਹੀਂ ਆਂਦੀ ਹੈ ਸੋ ਅਮਰਜੋਤ ਨੂੰ ਚਮਕੀਲੇ ਦਾ ਸਾਥ ਮਿਲਣ ਨਾਲ ਐਸਟੈਬਲਿਸ਼ਮੈਂਟ ਬੜੀ ਤਕੜੀ ਹੋ ਗਈ ਹੁਣ ਇੱਥੇ ਆ ਕੇ ਗੱਲ ਇੱਕ ਹੋਰ ਬਣਦੀ ਐ ਕਿਉਂਕਿ ਸ਼ਾਇਦ ਅਮਰਜੋਤ ਵੀ ਇਹ ਚਾਹਦੀ ਸੀ ਵੀ ਮੈਂ ਹਰੇਕ ਨਾਲ ਸੈੱਟ ਨਹੀਂ ਬਣਾਉਣਾ ਹੁਣ ਵੀ ਜਿੱਥੇ ਬਣ ਗਿਆ ਠੀਕ ਐ ਉਹਦੇ ਮਾਤਾ ਪਿਤਾ ਵੀ ਇਹੀ ਕਹਿੰਦੇ ਸੀ ਵੀ ਅਸੀਂ ਬਾਰ-ਬਾਰ ਮਤਲਬ ਸੈੱਟ ਨਹੀਂ ਕੋਈ ਐਸਾ ਲੜਕਾ ਹੋਵੇ ਜਿਹਦੇ ਨਾਲ ਮਤਲਬ ਇਹਦੀ ਸ਼ਾਦੀ ਵੀ ਹੋ ਜਾਵੇ ਤਾਂ ਇਹਦੇ ਵਿੱਚੋਂ ਹੁਣ ਗੱਲਾਂ ਨਿਕਲ ਕੇ ਇਹ ਆ ਰਹੀਆਂ ਨੇ ਕਿ ਸ਼ਾਇਦ ਅਮਰਜੋਤ ਨੇ ਕਿਹਾ ਤਾਂ ਕਿ ਵੀ ਜੇਤਾ ਸੈੱਟ ਬਣਾਉਣਾ ਬਣਾ ਲੈ ਨਹੀਂ ਫਿਰ ਮੇਰਾ ਸੈੱਟ ਮੇਰੇ ਬਾਪੂ ਜੀ ਕਿਸੇ ਹੋਰ ਨਾਲ ਹੋਰ ਬਣਾ ਦੇਣਗੇ ਫਿਰ ਦੇਖੀ ਜੋ ਜਿਵੇਂ ਹੋਊਗਾ ਇਹਦੇ ਚ ਸਿਰਫ ਦੋ ਹੀ ਬੰਦੇ ਹਨ ਐਸੇ ਟਿੱਕੀ ਤੇ ਚਮਕੀਲਾ ਜਿਨ੍ਹਾਂ ਨੇ ਰਲ ਕੇ ਸਲਾਹ ਕੀਤੀ ਵੀ ਅਸੀਂ ਕੀ ਕੀਤਾ ਜਾਵੇ ਬੜਾ ਇੱਕ ਰਾਤ ਚ ਫੈਸਲਾ ਹੋ ਗਿਆ ਕਿ ਅਮਰਜੋਤ ਦਾ ਚਮਕੀਲ ਨਾਲ ਵਿਆਹ ਕੀਤਾ ਜਾਵੇ ਟਿੱਕੀ ਜੀ ਹਰ ਜਗ੍ਹਾ ਕਹਿੰਦੇ ਆ ਕਿ ਮੈਨੂੰ ਪਤਾ ਨਹੀਂ ਸੀ ਕਿ ਪਹਿਲਾਂ ਉਹਦਾ ਵਿਆਹ ਹੋਇਆ ਹੋਇਆ ਕਿ ਨਹੀਂ ਹੋਇਆ ਵਾ ਤਾਂ ਜਦੋਂ ਟਿੱਕੀ ਦੇ ਘਰ ਹੀ ਉਹਦਾ ਵਿਆਹ ਹੋਇਆ ਟਿੱਕੀ ਨੇ ਉਹਦੇ ਫਾਦਰ ਦਾ ਰੋਲ ਕੀਤਾ ਮਾਂ ਦਾ ਰੋਲ ਉਹਦੀ ਘਰ ਵਾਲੀ ਨੇ ਕੀਤਾ ਤਾਂ ਅਮਰਜੋਤ ਜਿਹੜੀ ਹੈ ਉਹ ਉਹਦੇ ਨਾਲ ਵਿਆਹੀ ਗਈ ਵਿਆਹ ਹੋਣ ਤੋਂ ਬਾਅਦ ਜੇ ਅਸੀਂ ਥੋੜਾ ਜਿਹਾ ਇੱਕ ਮਨੁੱਖੀ ਸਬੰਧ ਦੇ ਤੌਰ ਤੇ ਦੇਖੀਏ ਤਾਂ ਅਮਰਜੋਤ ਤਾਂ ਸੋਚਦੀ ਹੈ ਵੀ ਮੈਂ ਤਾਂ ਨਵੇਂ ਮੁੰਡੇ ਦਾ ਵਿਆਹ ਕਰਾਇਆ ਮੈਨੂੰ ਕੋਈ ਸਮੱਸਿਆ ਨਹੀਂ ਆਈ ਚਮਕੀਲੇ ਦੇ ਮਨ ਦੇ ਵਿੱਚ ਧੁੜਕੋ ਹੈਗਾ ਸੀ ਕਿਉਂਕਿ ਉਹ ਚਮਕੀਲੇ ਨੇ ਤਾਂ ਪਤਾ ਸੀ ਵੀ ਉਹ ਵਿਆਹਿਆ ਹੈ ਉਹਦੇ ਬੱਚੇ ਵੀ ਐ ਦੋ ਤਾਂ ਉਸ ਹਾਲਤ ਦੇ ਵਿੱਚ ਚਮਕੀਲੇ ਨੂੰ ਬਹੁਤ ਝੁਕਣਾ ਪਿਆ ਬਹੁਤ ਝੁਕਣਾ ਪਿਆ ਹੁਣ ਇਹ ਜਿਹੜਾ ਮੇਰੇ ਬਹੁਤ ਝੁਕਣਾ ਪਿਆ ਕਹਿਣਾ ਨਾ ਇਹ ਮੈਂ ਸੋਚਦਾ ਵੀ ਮੈਂ ਇਹਨੂੰ ਅੱਗੇ ਜੇ ਹੋਰ ਐਕਸਪਲੇਨ ਕਰਾਂ ਤਾਂ ਥੋੜਾ ਜਾਂ ਚੰਗਾ ਨਹੀਂ ਲੱਗੇਗਾ ਮਤਲਬ ਚਮਕੀਲਾ ਜੀ ਨੂੰ ਦੋ ਪਰਿਵਾਰ ਪਾਲਣੇ ਪਏ ਦੋ ਪਰਿਵਾਰ ਪਾਲਦੇ ਪਾਲਦੇ ਅਸੀਂ ਦੇਖਦੇ ਆਂ ਧਿਆਨ ਨਾਲ ਉਸ ਟਾਈਮ ਦੇ ਖਾੜੇ ਕੁਲਦੀਪ ਮਾਨਕ ਜੀ ਬਹੁਤ ਸੋਹਣਾ ਕੋਟ ਪਾ ਕੇ ਆਉਂਦੇ ਆਂ ਸਿੰਦਾ ਜੀ ਬਹੁਤ ਸੋਹਣੀ ਮਤਲਬ ਕਿ ਐ ਡਰੈਸ ਪਾ ਕੇ ਆਉਂਦੇ ਆਂ ਉਸ ਟਾਈਮ ਦੇ ਸਾਰੇ ਸਿੰਗਰ ਜਿਹੜੇ ਆ ਬਹੁਤ ਸੋਹਣੀ ਡਰੈਸ ਪਾਉਂਦੇ ਆਂ ਪਰ ਚੰਕੀਲੇ ਦੇ ਕੁੜਤੇ ਦੇ ਹੇਠਾਂ ਦੀ ਬਨੈਣ ਵੀ ਦਿਸਦੀ ਐ ਤੇ ਸਿੰਪਲ ਕੁੜਤਾ ਐ ਸਿੰਪਲ ਚਾਦਰਾਂ ਐ ਔਰ ਪਗੜੀ ਉਹ ਕਦੇ ਕਦੇ ਬਣਦਾ ਸੀ ਗਾਉਣ ਵੇਲੇ ਤਾਂ ਪਗੜੀ ਘੱਟ ਹੀ ਬਣਦਾ ਸੀ ਤੋ ਅਸੀਂ ਮੁੜ ਕੇ ਫਿਰ ਉਸ ਗੱਲ ਤੇ ਆਈਏ ਕਿ ਚਮਕੀਲਾ ਜੋੜੀ ਦੇ ਵਿੱਚੋਂ ਸਭ ਤੋਂ ਵੱਡਾ ਰੋਲ ਇਹ ਸਮਝੇ ਨਹੀਂ ਆਉਂਦਾ ਕਹਿਣ ਲੱਗੇ ਕਿ ਚਮਕੀਲੇ ਦਾ ਰੋਲ ਹੈ ਕਿ ਅਮਰਜੋਤ ਦਾ ਜ਼ੋਰ ਜ਼ਿਆਦਾ ਹੈ ਉਹਨਾਂ ਦਾ ਰੋਲ ਜ਼ਿਆਦਾ ਹੈ ਹੁਣ ਅਮਰਜੋਤ ਦਾ ਰੋਲ ਆਪਣੇ ਥਾਂ ਤੇ ਗ੍ਰੇਟ ਹੈ ਚਮਕੀਲੇ ਦਾ ਆਪਣੇ ਥਾਂ ਤੇ ਗ੍ਰੇਟ ਹੈ ਇੱਕ ਗੱਲ ਮੰਨਣੀ ਪੈਗੀ ਕਿ ਅਮਰਜੋਤ ਜੀ ਨੇ ਜਿੰਨੇ ਗੀਤ ਪਿਆਰਾ ਸਿੰਘ ਪੰਛੀ ਨਾਲ ਗਾਏ ਜਿੰਨੇ ਕੁਲਦੀਪ ਮਾਨਕੀ ਜੀ ਨਾਲ ਲਗਾਏ ਉਹ ਸਾਰੇ ਨੈੱਟ ਤੇ ਪਾਏ ਨੇ ਸਭ ਪਏ ਨੇ ਸਭ ਸਭ ਨੂੰ ਪਤਾ ਹੈ ਸੁਣ ਕੇ ਦੇਖ ਲੋ ਦੁਬਾਰਾ ਜੋ ਚਮਕੀਲੇ ਨਾਲ ਦੀ ਸੈਟਿੰਗ ਬਣੀ ਹੈ ਉਹ ਕਿਤੇ ਨਹੀਂ ਬਣੀ ਹੈ ਇਹਦੇ ਵਿੱਚ ਅਸੀਂ ਇੱਕ ਚੀਜ਼ ਦੇਖਦੇ ਆਂ ਵੀ ਕੁਦਰਤ ਨੂੰ ਕਲਾਕਾਰ ਜਿਹੜਾ ਕਲਾਕਾਰ ਬੇਸਿਕਲੀ ਕੁਦਰਤ ਦੇ ਨਿਯਮ ਚ ਰਹਿੰਦਾ ਹੈ ਉਹ ਗੱਲ ਦੂਸਰੀ ਹੈ ਵੀ ਅੱਜ ਦੇ ਕਲਾਕਾਰ ਜਿਹੜੇ ਨੇ ਅੱਜ ਦੇ ਗਾਇਕ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਪੈਸੇ ਨੂੰ ਤਵੱਜੋ ਦਿੰਦੇ ਆਂ ਮੈਨੂੰ ਐ ਲੱਗਦਾ ਵੀ ਚਮਕੀਲਾ ਜੋੜੀ ਦੇ ਵੀ ਪੈਸੇ ਨੂੰ ਤਵੱਜੋ ਦਿੱਤੀ ਜੇ ਪੈਸੇ ਨੂੰ ਤਵੱਜੋ ਥੋੜੀ ਜਿਹੀ ਘੱਟ ਸ਼ਾਇਦ ਦਿੰਦੇ ਮੈਂ ਤਾਂ ਇਹ ਕਹੂੰਗਾ ਖਰ ਪੈਸੇ ਦੀ ਗੱਲ ਤਾਂ ਵੱਧ ਹੀ ਐ ਵੀ ਜੇ ਉਹਨਾਂ ਦੇ ਸਿਸਟਮ ਦੇ ਵਿੱਚ ਅਮਰਜੋਤ ਦੇ ਸਿਸਟਮ ਦੇ ਵਿੱਚ ਜਾਂ ਚਮਕੀਲਾ ਜੀ ਦੇ ਸਿਸਟਮ ਦੇ ਵਿੱਚ ਉਹਨਾਂ ਨੂੰ ਸਿਆਣੇ ਬੰਦੇ ਕੋਈ ਗਾਈਡ ਕਰਨ ਵਾਲੇ ਹੁੰਦੇ ਤਾਂ ਸ਼ਾਇਦ ਹੋਰ ਸਾਡੇ ਵਿੱਚ ਅੱਜ ਜਿਉਂਦੇ ਹੁੰਦੇ ਔਰ ਆ ਗੱਲਾਂ ਨਾਸ਼ੀ ਕਰਦੇ ਹੁੰਦੇ ਜਿਹੜੀਆਂ ਕਰ ਰਹੇ ਆ ਸੋ ਆਖਰਕਾਰ ਮੈਂ ਅੰਤ ਵਿੱਚ ਇਹ ਕਹੂੰਗਾ ਕੀ ਚਮਕੀਲੇ ਨੂੰ ਅਮਰਜੋਤ ਨੇ ਚਮਕਾਇਆ ਤੇ ਅਮਰਜੋਤ ਨੂੰ ਚਮਕੀਲੇ ਨੇ ਜਮਕਾਇਆ ਇੱਕ ਚੀਜ਼ ਦੂਸਰੀ ਚੀਜ਼ ਇਹ ਆਂਦੀ ਹੈ ਕਲਾ ਜਿਹੜੀ ਆ ਉਹ ਕਿਸੇ ਦੀ ਮਤਾਜ ਨਹੀਂ ਹੈ ਕਲਾ ਤਾਂ ਰੱਬ ਵੱਲੋਂ ਇੱਕ ਐਸੀ ਕੁਦਰਤੀ ਦਾਤ ਹੈ ਅਸੀਂ ਸਾਨੂੰ ਕਲਾ ਦੇ ਪੱਖ ਤੋਂ ਦੇਖਦੇ ਹੋਏ ਕਲਾਕਾਰ ਦੇ ਜਿਹੜੇ ਅਵਗੁਣ ਹੈ ਉਹ ਛੱਡਨੇ ਚਾਹੀਦੇ ਆ ਉਹ ਜਿਆਦਾ ਚਤਾਰਨੇ ਨਹੀਂ ਚਾਹੀਦੇ ਜਦੋਂ ਕਿ ਹੁਣ ਅਸੀਂ ਮੈਂ ਜਦੋਂ ਇਸ ਗੱਲ ਨੂੰ ਜਦੋਂ ਆਨਾ ਮਤਲਬ ਸਮਝਦੇ ਆ ਅਮਰਜੋਤ ਦੀ ਜਿਹੜੀ ਮੌਤ ਹੈ ਉਹ 8 ਮਾਰਚ ਨੂੰ ਇੰਟਰਨੈਸ਼ਨਲ ਊਮਨ ਦੇ ਵਾਲੇ ਦਿਨ ਹੁੰਦੀ ਹੈ ਔਰ ਉਹ ਭੰਗ ਦੇ ਭਾਣੇ ਜਾਂਦੇ ਆ ਔਰ ਮੈਂ ਇਹ ਦੇਖਦਾ ਕਿ ਨਾਮ ਨਹੀਂ ਜੇ ਮੈਂ ਲੈਂਦਾ ਬਹੁਤ ਸਾਰੇ ਜਿਹੜੇ ਗਾਇਕ ਨੇ ਮਰਦ ਗਾਇਕ ਨੇ ਸੱਤ ਸੱਤ 8 8 ਇਸਤਰੀਆਂ ਨਾਲ ਮਤਲੂਕੀ ਆ ਉਹ ਗਾਉਂਦੇ ਆ ਦੋ ਦੋ ਤਿੰਨ ਤਿੰਨ ਉਹਨਾਂ ਦੇ ਵਿਆਹ ਹੋਏ ਹੋਏ ਆ ਤੋ ਉਹਨਾਂ ਨੂੰ ਵੀ ਜੇ ਸਮਾਜ ਨੇ ਮaaf ਕਰਤਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੇ ਮaaf ਕਰਤਾ ਤਾਂ ਜ਼ਰੂਰ ਅਮਰਜੋਤ ਨੂੰ ਜੇ ਉਸ ਟਾਈਮ ਮaaf ਕਰਿਆ ਹੁੰਦਾ ਤਾਂ ਸ਼ਾਇਦ ਸਾਨੂੰ ਸਾਡੇ ਜਿਹੜੇ ਸੰਗੀਤ ਸਮਾਜ ਦੇ ਵਿੱਚ ਡਿਊਟ ਸਿਸਟਮ ਦੇ ਵਿੱਚ ਡਿਊਟ ਗਾਣਿਆਂ ਦੇ ਵਿੱਚ ਬਹੁਤ ਸਾਰੀਆਂ ਹੋਰ ਗੱਲਾਂ ਬਹੁਤ ਵਧੀਆ ਗੱਲਾਂ ਸਾਡੇ ਸਮਝ ਆਂਦੀਆਂ ਤਾਂ ਇਸ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਉਸ ਜੋੜੀ ਕੋਲੇ ਸਿਰਫ ਉਸ ਜੋੜੀ ਕੋਲੇ ਟਾਈਮ ਬੜਾ ਥੋੜਾ ਸੀ 8 ਸਾਲ ਦੀ ਗਾਇਆ ਜੀ 79 ਦੇ ਵਿੱਚ ਚਮਕੀਲਾ ਥੋੜਾ ਥੋੜਾ 79 ਚ ਉਹਨੇ ਵੀ ਮਤਲਬ ਆਪਣਾ ਜਿਹੜਾ ਸੈਟ ਪੈਰਾ ਸਿੰਘ ਪੰਚੀਣਾ ਬਣਾ ਲਿਆ ਸੀ ਅਮਰਜੋਤ ਨੇ ਇਹਨੇ ਵੀ ਆਪਣੇ ਗੀਤ ਲਿਖਦੇ ਸੀ ਮੈਂ ਡਿੱਗੀ ਤਿਲਕ ਕੇ ਇਹ 79 ਦੇ ਆਸ-ਪਾਸ ਹੈ ਔਰ 79 ਤੋਂ ਪਹਿਲਾਂ ਚਮਕੀਲਾ ਜੀ ਨੂੰ ਘਰ ਚ ਲਾਉਣਾ ਬੜਾ ਔਖਾ ਸੀ ਇਹ ਗੀਤ ਦੇ ਜਦੋਂ ਸਿੰਦਾ ਜੀ ਨੇ ਗਾਇਆ ਨਾ ਉਹਨਾਂ ਨੂੰ ਥੋੜਾ ਜਿਹਾ ਸਹਾਰਾ ਹੋ ਗਿਆ ਵੀ ਮੇਰੀ ਸੈਟਿੰਗ ਬਣ ਜੂਗੀ ਮੇਰੇ ਪੈਰ ਧਰਾਈ ਹੋ ਜੂਗੇ ਹੁਣ ਉਸ ਟਾਈਮ ਦੇ ਵਿੱਚ ਨਾਤਾ ਉਹਨਾਂ ਕੋਲ ਟਾਈਮ ਸੀ ਨਾ ਹੀ ਉਹਨਾਂ ਨੇ ਗੀਤ ਥੱਲੇ ਦੇਗਣਤਾ ਕੋਈ ਐਨਾ ਉਹਨਾਂ ਕੋਲ ਕੰਮ ਸੀ ਐਨੇ ਉਹਨਾਂ ਦੇ ਅਖਾੜੇ ਲੱਗਦੇ ਸੀ ਕਿ ਬਹੁਤ ਬੰਦੇ ਉਹਨੂੰ ਇਹ ਕਹਿੰਦੇ ਸੀ ਵੀ ਅਮਰ ਸਿੰਘ ਹੁਣ ਤੂੰ ਗੁਲਾਮ ਅਲੀ ਤਾਂ ਬਣ ਨਹੀਂ ਸਕਦਾ ਜਿਹੇ ਜੀ ਮਤਲਬ ਜਿਹੜਾ ਤੇਰਾ ਸਿਸਟਮ ਹੈ ਉਹ ਤਾਂ ਕਰ ਦੇ ਇਵਨ ਅਸੀਂ ਕਈ ਜਗ੍ਹਾ ਇਹ ਵੀ ਸੁਣਿਆ ਇਹ ਵੀ ਕਿਸੇ ਬੁੱਕ 'ਚ ਵੀ ਪੜ੍ਹਿਆ ਮੈਂ ਕਿ ਚਮਕੀਲਾ ਕਹਿੰਦਾ ਹੁੰਦਾ ਸੀ ਇਹ ਵੀ ਜਿਹੜੀ ਗੋਲੀ ਮੇਰੇ ਵਾਸਤੇ ਬਣੀ ਹੈ ਉਹ ਨਹੀਂ ਖਾਣੀ ਹੈ। ਤੋਂ ਇਹਦੇ ਵਿੱਚ ਹੁਣ ਸਾਡੇ ਸਮਾਜਿਕ ਵਰਤਾਰੇ ਦੇ ਵਿੱਚੋਂ ਇਸ ਜੋੜੀ ਦੇ ਦੇਖੋ ਗੀਤ ਸਾਰੇ ਗਾਉਂਦੇ ਆ। ਲੰਮਲਾ ਜੀ ਦੀ ਵਰਸੀ ਵੀ ਹੁੰਦੀ ਹੈ, ਕੁਲਦੀਪ ਮਾਨਖ ਦੀ ਵਰਸੀ ਵੀ ਹੁੰਦੀ ਹੈ, ਦੀਦਾਰ ਸੰਧੂ ਦੀ ਵਰਸੀ ਵੀ ਹੁੰਦੀ ਹੈ। ਔਰ ਮੈਂ ਕਹੂੰਗਾ ਕਿ ਜਿਹੜੀ ਮਤਲਬ ਕੀ ਹੈ ਆਪਣਾ ਨੋਰੀ ਐ ਨੂਰੀ ਜੀ ਇਹ ਇਹ ਵੀ ਬਹੁਤ ਛੋਟੀ ਉਮਰ ਦੇ ਵਿੱਚ ਦیدار ਸੰਧੂ ਜੀ ਨਾਲ ਗਾਉਂਦੇ ਸੀ ਔਰ ਸਾਰੇ ਕਲਾਕਾਰ ਗਾਇਕ ਕਲਾਕਾਰ ਔਸਤਰੀਆਂ ਵੀ ਤੇ ਆਦਮੀ ਆਪਣਾ ਆਪਣਾ ਮਤਲਬ ਫਨ ਦਿਖਾਉਂਦੇ ਸੀ ਪਰੰਤੂ ਜੀਵਨ ਜਿਉਣਨਾ ਹਰੇਕ ਨੇ ਕਰਨਾ ਆਪਣਾ ਆਪਣਾ ਤਰੀਕਾ ਲਾ ਕੇ ਕਰਨਾ ਪਰ ਮੈਂ ਇਹ ਕਹੂੰਗਾ ਕਿ ਸਾਨੂੰ ਰਹਿਂਦੀ ਦੁਨੀਆ ਤੱਕ ਹਰ ਬੰਦੇ ਨੂੰ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਦੱਸਾਂ ਕਿ ਸਾਰੇ ਪੰਜਾਬ ਦੇ ਵਿੱਚ ਵੀ ਔਰ ਪੰਜਾਬੀ ਜਿੱਥੇ ਬੈਠੇ ਆ ਚਮਕੀਲੇ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਜਿਹੜੇ ਸਮਰਥਕ ਆ ਉਹਨਾਂ ਦੇ ਜਿਹੜੇ ਮਤਲਬ ਕੀ ਹੈ ਪ੍ਰਸ਼ੰਸਕ ਆ ਉਹ ਦਿਨ ਪਰ ਦਿਨ ਵੱਧ ਰਹੇ ਆ ਉਹਦਾ ਕਾਰਨ ਸਿਰਫ ਇਹ ਹੈ ਕਿ ਵਿਲੱਖਣ ਸੀ ਚਮਕੀਲਾ ਜੋੜੀ ਟੋਟਲੀ ਵਿਲੱਖਣ ਸੀ ਬਿਲਕੁਲ ਅਲੱਗ ਸੀ ਉਹਨੂੰ ਸਮਝਣ ਵਾਸਤੇ ਉਹਨੂੰ ਦੇਖਣ ਵਾਸਤੇ ਸਾਨੂੰ ਜਿਹੜੀ ਗਾਇਕੀ ਦਾ ਜਿਹੜਾ ਹੈ ਉਹ ਮਿਆਰ ਆਪਣੇ ਹਿਸਾਬ ਨਾਲ ਦੇਖਣਾ ਪੈਗਾ हां ਅਸੀਂ ਇਹ ਕਹਿ ਸਕਦੇ ਹਾਂ ਮੈਂ ਇੱਕ ਗੱਲ ਵੈਸੇ ਪਹਿਲਾਂ ਵੀ ਦੱਸੀ ਸੀ ਉਹ ਕਦੇ ਕਿਤੇ ਚਾਰ-ਚਾਰ ਖਾੜੇ ਵੀ ਲਾ ਜਾਂਦਾ ਹੁੰਦਾ ਸੀ ਹੁਣ ਇੱਥੇ ਪਟਿਆਲੇ ਜ਼ਿਲ੍ਹੇ ਦੀ ਇੱਕ ਗੱਲ ਹੈਗੀ ਐ ਉਹਦਾ ਸਵੇਰੇ 8 ਵਜੇ ਖਾੜਾ ਸੀ ਸੈਲ ਦੇ ਦਿਨਾਂ ਦੇ ਵਿੱਚ 8 ਵਜੇ ਆ ਕੇ ਗੱਡੀ ਤੇ ਆ ਕੇ ਕੱਲਾ ਹੀ ਪੁੱਛਦਾ ਉਹ ਬਈ ਤੁਹਾਡੇ ਇੱਥੇ ਚਮਕੀਲਾ ਲੱਗਣਾ ਸੀ ਕਿੱਥੇ ਆ ਉਹ ਕਹਿੰਦਾ ਚਮਕੀਲਾ ਤੁਹਾਨੂੰ ਪਤਾ ਵੀ ਚਮਕੀਲਾ ਲੱਗਣਾ ਸੀ ਤਾਂ ਕਿਸੇ ਬੰਦੇ ਨੇ ਜਿਹਨੂੰ ਪੁੱਛਦਾ ਅਕੇ ਉਹ ਬਿਰ ਵਿਆਲ ਦੇ ਘਰ ਦੇ ਲੈ ਕੇ ਗਿਆ ਤਾਂ ਉਹਨਾਂ ਨੇ ਕਿਹਾ ਵੀ ਹਾਂ ਇੱਥੇ ਸਟੇਜ ਲੱਗੀ ਹੈ ਇੱਥੇ ਤੁਸੀਂ ਲਾਓ 8 ਵਜੇ ਨੇ ਖੜਾ ਲਾਇਆ ਤੇ ਜਿਹੜੇ ਬੰਦੇ ਨੂੰ ਪੁੱਛਿਆ ਉਹ ਹੈਰਾਨ ਹੋ ਗਿਆ ਕਹਿੰਦਾ ਯਾਰ ਇਹ ਚਮਕੀਲਾ ਲੱਗਦਾ ਹੀ ਨਹੀਂ ਹੈ ਕਹਿੰਦਾ ਇਹ ਇੰਨਾ ਸਿੰਪਲ ਬੰਦਾ ਹੈ ਇੰਨਾ ਸਧਾਰਨ ਬੰਦਾ ਉਹ ਗੱਲ ਦੂਸਰੀਆਂ ਵੀ ਸਾਰੇ ਕੰਮ ਬੰਦਾ ਆਪਣੀ ਜੇਬ ਲਈ ਕਰਦਾ ਮੈਂ ਤਾਂ ਦੁਬਾਰਾ ਕਹੂੰਗਾ ਗੱਲ ਇਹ ਸਾਡੇ ਜਿਹੜੇ ਅਸੀਂ ਸਮਾਜ ਵਾਲੇ ਬੰਦੇ ਆ ਅਸੀਂ ਜਿਹੜੇ ਨੂੰ ਸੁਣਨ ਵਾਲੇ ਬੰਦੇ ਆ ਜਿਹੜੇ ਅਸੀਂ ਪ੍ਰਸ਼ੰਸਕਾਂ ਜਿਹੜੇ ਉਸ ਨੂੰ ਸਮਝਦੇ ਆ ਉਹਨੂੰ ਦੋ ਪਰਿਵਾਰ ਚਲਾਣੇ ਪਏ ਔਰ ਦੋ ਪਰਿਵਾਰ ਚਲਾਣ ਲਈ ਉਸਨੇ ਕਿੰਨੀ ਮਿਹਨਤ ਕੀਤੀ ਹੈ ਪੈਸਾ ਅੜਕੇ ਨਹੀਂ ਸੀ ਕਿਤੋਂ ਲੈਂਦਾ ਇਹ ਵੀ ਕਹਿਣਾ ਹੁੰਦਾ ਸੀ ਵੀ ਮੈਂ ਤੁਹਾਡੇ ਕੋਲ ਇੰਨੇ ਪੈਸੇ ਲੈ ਲੇ ਵੀ ਆ ਨਾਮ ਸਾਰੇ ਤੁਹਾਡੇ ਆ ਉਹਨੂੰ ਮਤਲਬ ਧੱਕੇ ਨਾਲ ਉਹਦਾ ਇਨਾਮ ਮਤਲਬ ਕੀ ਆ ਉਹਦੇ ਉਹਦੇ ਚ ਪਾਉਂਦੇ ਹੁੰਦੇ ਸੀ ਹਾਂ ਜੇਬ ਚ ਪਾਉਂਦੇ ਹੁੰਦੇ ਨੇ ਤੋਂ ਇਨਾਮ ਤਾਂ ਖੈਰ ਇਹ ਤਾਂ ਸੈਟਿੰਗ ਨੇ ਲੋਕਾਂ ਦੀ ਜਿਸ ਤਰ੍ਹਾਂ ਜਿਸ ਤਰ੍ਹਾਂ ਬਣਦੀਆਂ ਸੀ ਅੰਤ ਵਿੱਚ ਮੈਂ ਇਹੀ ਕਹੂੰਗਾ ਕਿ ਅਮਰ ਜੋਤ ਦੀ ਜਿਹੜੀ ਗਾਇਕੀ ਹੈ ਉਹ ਵਿਲਖਣ ਤਾਂ ਹੈ ਹੀ ਸ਼੍ਰੇਸ਼ਟ ਵੀ ਹੈ ਔਰ ਇਹ ਮੈਂ ਇਹ ਕਹੂੰਗਾ ਕਿ ਸਾਨੂੰ ਇੱਥੇ ਕੁਦਰਤ ਦੇ ਕਾਦਰ ਦੀ ਤਾਰੀਫ ਕਰਨੀ ਬਣਦੀ ਹੈ ਕਿ ਉਸ ਇਸਤਰੀ ਦਾ ਗਲਾ ਜਿਹੜਾ ਇੰਨਾ ਸਾਫ ਤੇ ਅਨਾ ਮਤਲਬ ਕੀ ਹੈ ਗ੍ਰਾਮ ਵਾਲਾ ਸੀ ਐਂ ਨੀ ਮੁਰਕੀਆਂ ਲਾਕੇ ਜਾਂਦੇ ਸੀ ਤੋਂ ਇਸ ਗੱਲ ਨੂੰ ਅਸੀਂ ਨੇ ਮਤਲਬ ਕੀ ਹੈ ਬਹੁਤ ਪ੍ਰੇਸ਼ ਕਰਨਾ ਹੈ ਔਰ ਰਹਿੰਦੀ ਦੁਨੀਆ ਤੱਕ ਕੇ ਜੋੜੀ ਜੜੀ ਹੈ ਉਹ ਕਾਇਮ ਰਹੂਗੀ ਅਗੇਨ ਦੁਬਾਰਾ ਫਿਰ ਉਹੀ ਜਾਂਦੀ ਹੈ ਇੱਕ ਦੂਜੇ ਦੇ ਪੂਰਕ ਸੀ ਉਹ ਜਾਂਚ ਮੁਕੀਲੇ ਤੋਂ ਬਿਨਾ ਉਹ ਨਹੀਂ ਚਮਕ ਸਕਦੇ ਤੇ ਮੁਕੀਲਾ ਉਹਦੇ ਬਿਨਾ ਸ਼ਾਇਦ ਹੋਰ ਨਾ ਚਮਕਦਾ ਬਹੁਤ ਮਤਲਬ ਦੀ ਗੱਲ ਹੋ ਗਈ ਸੀ ਤੋਂ ਅਗੇਨ ਮੈਂ ਇਹ ਕਹੂੰਗਾ ਕਿ ਅਮਰਜੋਤ ਦੀ ਗਾਇਕੀ ਸ੍ਰੇਸ਼ਟ ਸਰਵੋਤਮ ਔਰ ਡਾਊਨ ਟੂ ਅਰਥ ਹੈ थैंक यू जी प्लीज